ਪੰਜਾਬ ਦੀ ਜਨਤਾ ਬਹੁਤ ਜ਼ਿਆਦਾ ਦੁਖੀ ਹੈ। ਕੈਪਟਨ ਸਾਹਿਬ ਨੇ ਝੂਠੀਆਂ ਸਹੁੰ ਖਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਬਣਾ ਲਈ ਅਤੇ ਇਹ ਜਿਹੀ ਹਾਲਾਤ ਕਰਤੇ। ਅੱਜ ਪੰਜਾਬ ਦੇ ਹਰ ਵਰਗ ਦੁਖੀ ਹੈ। ਸੋ ਸ਼੍ਰੋਮਣੀ ਅਕਾਲੀ ਦਲ ਅਗਲੇ 2 ਮਹੀਨੇ ਸਾਰੇ ਡਿਸਟ੍ਰਿਕਟ ਜਾ ਕੇ ਰੋਸ ਰੈਲੀਆਂ ਕਰੇਗਾ, ਲੋਕਾਂ ਦੇ ਜਿਹੜੇ ਭਾਵਨਾ ਨੂੰ ਸਮਝ ਕੇ ਉਹਨਾਂ ਦਾ ਜਿਹੜਾ ਭਾਵਨਾ ਹੈ ਉਹਨੂੰ ਇਕੱਠੇ ਕਰਕੇ, ਕਿਉਂਕਿ ਗੱਲ ਹੈ ਕਿ ਹਾਲਾਤ ਹੀ ਇੰਨੀ ਵਿਗੜ ਗਈ ਹੈ ਪੰਜਾਬ 'ਚ, ਸਰਕਾਰ ਨਾਲ ਵੀ ਕੋਈ ਚੀਜ਼ ਹੀ ਹੈ ਨਹੀਂ। 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ, ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 98156508 'ਤੇ।